ਐਂਦ੍ਰਿਕ ਬਾਲ ਸਿੰਘ ạtਵਾਲ ਅੱਜ ਉੱਚੇ ਤੌਰ ਤੇ ਹਰਮੰਦਰ ਸਾਹਿਬ ਦਾ ਮਸਤਕ ਹੋਣ ਪਹੁੰਚੇ ਨੇ ạtਵਾਲ ਸਾਹਿਬ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਮੁੱਦੇ ਕੀ ਨੇ ਵੋਟਨਾ ਕਿਸ ਅਧਾਰ ਤੇ ਇਸ ਵਾਰ ਦੀਆਂ ਹੋਣਗੀਆਂ ਕਿਉਂਕਿ 24 ਦੇ ਇਲੈਕਸ਼ਨ ਵੀ ਬਹੁਤ ਨੇੜੇ ਆ ਪੰਜਾਬ ਸਰਕਾਰ ਬਣਨ ਤੋਂ ਬਾਅਦ ਦੂਸਰੀ ਵਾਰ ਜਿੰਨੇ ਚੋਣਾਂ ਹੋਈਆਂ ਨੇ ਪਹਿਲੀ ਸੰਗਰੂਰ ਦੇ ਵਿੱਚ ਉਹ ਵੀ ਪੰਜਾਬ ਸਰਕਾਰ ਦੀ ਸੀਟ ਨਹੀਂ ਪਈ ਹੈ ਪਰ ਹੁਣ ਲੱਗਦਾ ਕਿ ਤਨਾ ਕਿਤੇ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਇਹ ਸੀਟ ਸਾਡੀ ਹੈ ਅਸੀਂ ਜਿਸ ਤਰੀਕੇ ਨਾਲ ਕੰਮ ਕੀਤਾ ਜਿਸ ਤਰੀਕੇ ਨਾਲ ਲੋਕਾਂ ਦੇ ਮਸਲਿਆਂ ਨੂੰ ਬਦਲਾਵ ਦੇ ਵਿੱਚ ਬਦਲਿਆ ਉਸ ਦੇ ਬਿਹਾਫ ਤੇ ਸਾਨੂੰ ਵੋਟਾਂ ਮਿਲੀਆਂ ਨੇ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਸਰਕਾਰ ਦੇ ਇਹ ਦਾਅਵੇ ਸੱਚੇ ਹੋਣਗੇ ਪੰਜਾਬ ਸਰਕਾਰ ਦੇ ਦਾਅਵੇ ਤਾਂ ਜੀ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਇਹਦੇ ਬਾਰੇ ਤਾਂ ਉਹ ਹੀ ਦੱਸ ਸਕਦੇ ਆ ਮੈਂ ਤੇ ਕਹਾਂ ਕਿ ਉਹਨਾਂ ਦੇ ਦਾਅਵੇ ਤਾਂ ਬਿਲਕੁਲ ਖੋਖਲੇ ਦਾਅਵੇ ਆ ਦਾਅਵੇ ਤਾਂ ਉਹਨਾਂ ਨੂੰ ਕਰਨ ਦਾ ਹੱਕ ਹੀ ਕੋਈ ਨਹੀਂ ਹੈ ਕਿਉਂਕਿ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਤੋਂ ਹੀ ਮੁਨਕਰ ਹੋ ਗਏ ਕਹਿੰਦੇ ਸੀ 24 ਘੰਟਿਆਂ ਦੇ ਵਿੱਚ 48 ਘੰਟਿਆਂ ਦੇ ਵਿੱਚ 72 ਘੰਟਿਆਂ ਦੇ ਵਿੱਚ 2 ਮਹੀਨਿਆਂ ਦੇ ਵਿੱਚ ਅਸੀਂ ਆਹ ਕੁਝ ਕਰ ਦਾਂਗੇ ਉਹਨਾਂ ਦੇ ਵਿੱਚੋਂ ਜੋ ਜੋ ਗੱਲਾਂ ਕਹੀਆਂ ਸੀ ਇੱਕ ਵੀ ਉਹਨਾਂ ਦੀ ਅੱਜ ਕੋਈ ਕਾਬਲ ਉਮੈ ਸਮਝਦਾ ਨਹੀਂ ਕਿ ਉਹ ਉਹਨਾਂ ਨੂੰ ਪੂਰੀ ਕਰਨ ਦੇ ਵਿੱਚ ਖਰੇ ਉੱਤਰਿਆ ਇਸ ਕਰਕੇ ਉਹਨਾਂ ਦੇ ਵਾਅਦੇ ਉਹਨਾਂ ਦੀਆਂ ਜੋ ਗੱਲਾਂ ਨੇ ਉਹ ਤਾਂ ਮੈਂ ਸਮਝਦਾ ਕਿ ਰੱਬ ਆਸਰੀ ਹੈ ਪੰਜਾਬ ਦੇ ਲੋਕ ਵੀ ਦੇਖਦੇ ਹੈ ਕਿ ਉਹ ਇੱਕ ਸਾਡੇ ਮੁੱਖ ਮੰਤਰੀ ਦੇ ਤੌਰ ਤੇ ਜੋ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਪੱਦਾ ਮਜ਼ਾਕ ਕੀਤਾ ਮੈਂ ਕਿਸੇ ਦਾ ਕੋਈ ਮੈਂ ਕਿਸੇ ਦੇ ਖਿਲਾਫ ਵੀ ਮੈਂ ਬੋਲਣਾ ਨਹੀਂ ਇਸ ਤਰੀਕ ਨੈਗੇਟਿਵ ਨਹੀਂ ਜਾਣਾ ਚਾਹੁੰਦਾ ਕਿਉਂਕਿ ਲੋਕ ਜਿਹੜੇ ਮੈਂ ਹਮੇਸ਼ਾ ਕਹਿੰਦਾ ਹਾਂ ਲੋਕ ਜਿਹੜੇ ਸਾਡੇ ਤੋਂ ਵੱਧ ਸਿਆਣੇ ਨੇ ਔਰ ਉਹਨਾਂ ਦੀ ਜਿਹੜੀ ਕਾਬਲੀਅਤ ਹੈ ਉਹ ਸਾਡੇ ਤੋਂ ਕਿਤੇ ਜ਼ਿਆਦਾ ਤਜਰਬੇ ਵਾਲੇ ਹਨ ਉਹਨਾਂ ਨੇ ਕਈ ਸਰਕਾਰਾਂ ਵੇਖੀਆਂ ਕਈ ਪਾਰਟੀਆਂ ਵੇਖੀਆਂ ਕਈ ਲੋਕ ਵੇਖੇ ਹੈ ਲੇਕਿਨ ਅੱਜ ਭਗਵੰਤ ਮਾਨ ਜੀ ਨੂੰ ਉਹ ਸੱਚੀ ਤਰ੍ਹਾਂ ਵੇਖਦੇ ਪਏ ਹੈ ਕਿ ਅਸੀਂ ਤਾਂ ਸ਼ਾਇਦ ਠੱਗੇ ਗਏ ਆ ਪੰਜਾਬ ਦੇ ਲੋਕ ਜਿਹੜੇ ਆ ਇਹ ਲੋਕ ਆ ਮਹਿਸੂਸ ਕਰ ਰਹੇ ਹੈ ਕਿ ਭਗਵੰਤ ਮਾਨ ਦੇ ਨਾਲ ਅਸੀਂ ਵੋਟਾਂ ਪਾ ਕੇ ਸਰਕਾਰ ਜਿਹੜੀ ਇੰਨੀ ਵੱਡੀ ਤਦਾਦ ਦੇ ਵਿੱਚ 92 ਸੀਟਾਂ ਦੀ ਉਹਨਾਂ ਦਿੱਤੀ ਸੀ ਉਹ ਸ਼ਾਇਦ ਪਤਾ ਨਹੀਂ ਉਹਨੇ ਵਧੀਆ ਤਰੀਕੇ ਨਾਲ ਖਰੇ ਨਹੀਂ ਉਤਰੇ ਪਰ ਇਹਦੇ ਬਾਰੇ ਮੈਂ ਕੁਛ ਨਹੀਂ ਕਵਾਂਗਾ ਮੇਰਾ ਫਰਜ਼ ਬੰਦ ਹੈ ਇੱਕ ਕਾਰਜਕਰਤਾ ਹੋਣ ਦੇ ਨਾਤੇ ਇੱਕ ਵਰਕਰ ਹੋਣ ਦੇ ਨਾਤੇ ਕਿ ਪੰਜਾਬ ਦੀ ਧਰਤੀ ਤੇ ਭਾਰਤੀ ਜਨਤਾ ਪਾਰਟੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਥੱਲੇ ਇਥੋਂ ਦੇ ਆਉਣ ਵਾਲੇ ਭਵਿੱਖ ਦੇ ਲਈ ਆਉਣ ਵਾਲੀ ਪੀੜ੍ਹੀ ਦੇ ਲਈ ਇੱਕ ਨਵਾਂ ਇਤਿਹਾਸ ਇੱਕ ਨਵਾਂ ਇੱਕ ਸਿਰਜਣ ਜਾ ਰਿਹਾ ਉਹਦੇ ਵਾਸਤੇ ਅਸੀਂ ਝੰਡਾ ਬਰੰਦ ਕਰਾਂਗੇ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਦਿੱਲੀ ਪੋਸਟ ਅੰਮ੍ਰਿਤਸਰ